ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਵੀਰ ਦੀਆਂ ਮੁੱਖ ਖਬਰਾਂ ਦੇ ਵਿੱਚ ਆਓ ਲੜੀ ਬਾਰ ਗੱਲ ਕਰਦੇ ਹਾਂ ਪੰਜਾਬ ਅਤੇ ਦੁਨੀਆ ਦੀਆਂ ਤਾਜ਼ਾ ਵੱਡੀਆਂ ਖਬਰਾਂ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਸਾਡੇ ਨਾਲ ਜੁੜੇ ਰਹਿਣ ਦੇ ਲਈ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਸ਼ੁਰੂਆਤ ਕਰਦੇ ਹਾਂ ਜੀ ਪਹਿਲੀ ਵੱਡੀ ਖਬਰ ਤੋਂ ਪੰਜਾਬ ਵਿੱਚ ਲੱਗ ਸਕਦਾ ਹੈ ਮੁਕੰਮਲ ਲੋਕਡਾਊਨ ਸਿਹਤ ਮੰਤਰੀ ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਨੂੰ ਰੋਕਣ ਲਈ ਬਹੁਤ ਹੀ ਬਿਹਤਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿਉਂਕਿ ਬਾਕੀ ਸੂਬਿਆਂ ਦੀ ਗੱਲ ਕਰ ਗਿਆ ਤਾਂ ਉਹਨਾਂ ਨਾਲੋਂ ਪੰਜਾਬ ਵਿੱਚ ਕਿਤੇ ਜ਼ਿਆਦਾ ਹਾਲਾਤ ਠੀਕ ਦਿਖਾਈ ਦੇ ਰਹੇ ਹਨ ਇਸ ਬਾਬਤ ਪੰਜਾਬ ਦੇ ਸਿਹਤ ਮੰਤਰੀ ਨੇ ਕਿਹਾ ਹੈ ਕਿ ਸਰਕਾਰ ਨੇ ਕਰੋਨਾ ਨੂੰ ਲੈ ਕੇ ਬਹੁਤ ਹੀ ਵੱਡੇ ਪੱਧਰ ਤੇ ਕੰਮ ਕੀਤੇ ਹਨ ਤੇ ਸਹੀ ਸਮੇਂ ਤੇ ਕਾਰਪੀਓ ਤੇ ਲੋਕਡਾਊਨ ਲਗਾਇਆ ਗਿਆ ਹੈ ਲੋਕਾਂ ਨੂੰ ਜਾਗਰੂਕ ਕਰਨ ਲਈ ਉਹਨਾਂ ਲਈ ਗਾਈਡਲਾਈਨਸ ਜਾਰੀ ਕੀਤੀਆਂ ਜਾਂਦੀਆਂ ਹਨ ਤੇ ਉਹਨਾਂ ਨੇ ਅੱਗੇ ਕਿਹਾ ਹੈ ਕਿ ਜਿਹੜੀਆਂ ਥਾਵਾਂ ਵਿੱਚ ਕਰੋਨਾ ਦੇ ਜ਼ਿਆਦਾ ਕੇਸ ਸਾਹਮਣੇ ਆਏ ਹਨ ਤੇ ਉਹਨਾਂ ਵਿੱਚ ਸਾਵਧਾਨੀਆਂ ਜ਼ਿਆਦਾ ਵਰਤੀਆਂ ਜਾ ਰਹੀਆਂ ਹਨ ਜਿਵੇਂ ਕਿ ਲੁਧਿਆਣਾ ਜਲੰਧਰ ਮਹਾਲੀ ਅਤੇ ਅੰਮ੍ਰਿਤਸਰ ਵਿੱਚ ਕਰੋਨਾ ਦੀ ਵੱਡੀ ਗਿਣਤੀ ਵਿੱਚ ਕੇਸ ਸਾਹਮਣੇ ਆਣ ਤੇ ਇਸ ਲਈ ਪੰਜਾਬ ਵਿੱਚ ਰਾਤ ਦਾ ਕਰਫਿਊ ਲਗਾਇਆ ਗਿਆ ਹੈ ਅਤੇ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਸਰਕਾਰ ਨੇ ਕਰੋਨਾ ਦਾ ਟੈਸਟ ਵੀ ਮੁਫਤ ਕਰ ਦਿੱਤਾ ਤੇ ਇਹਦੇ ਲਈ ਬਲਵੀਰ ਸਿੱਧੂ ਨੇ ਕਹਿ ਕੇ ਡਾਕਟਰਾਂ ਨੂੰ ਅਪੀਲ ਕੀਤੀ ਹੈ ਕਿ ਇਸ ਸਮੇਂ ਪੈਸਾ ਕਮਾਉਣ ਦਾ ਨਹੀਂ ਬਲਕਿ ਲੋਕਾਂ ਦੀ ਸੇਵਾ ਕਰਨ ਦਾ ਹੈ ਤੇ ਇਸ ਲਈ ਉਹਨਾਂ ਦਾ ਸਹੀ ਢੰਗ ਨਾਲ ਟੈਸਟ ਕੀਤਾ ਜਾਣਾ ਚਾਹੀਦਾ ਤਾਂ ਜੋ ਬਿਮਾਰੀ ਨੂੰ ਵਧਣ ਤੋਂ ਰੋਕਿਆ ਜਾ ਸਕੇ ਤੇ ਇਹਦੇ ਨਾਲ ਹੀ ਉਹਨਾਂ ਨੇ ਕਹਿ ਕੇ ਜੇ ਪੰਜਾਬ ਵਿੱਚ ਕਰੋਨਾ ਨੂੰ ਲੈ ਕੇ ਹਾਲਾਤ ਵਿਗੜਦੇ ਹਨ ਤਾਂ ਕਰਫਿਊ ਵਧਾਉਣ ਦੀ ਲੋੜ ਪੈ ਸਕਦੀ ਹੈ। ਅਗਲੀ ਖਬਰ ਆ ਰਹੀ ਜੀ ਕਰੋਨਾ ਸੰਕਟ ਰੇਲਵੇ ਨੇ ਚੁੱਕਿਆ ਸਖਤ ਕਦਮ ਪਲੇਟਫਾਰਮ ਦੀ ਟਿਕਟ ਕੀਤੀ 50 ਰੁਪਏ। ਕਰੋਨਾ ਕਾਲ ਦੇ ਦੌਰਾਨ ਵਧਾਏ ਗਏ ਪਲੇਟਫਾਰਮ ਟਿਕਟ ਦੀ ਕੀਮਤ ਤੇ ਰੇਲਵੇ ਨੇ ਸਪੱਸ਼ਟ ਦਿੱਤਾ ਪਲੇਟਫਾਰਮ ਟਿਕਟ ਦੀ ਕੀਮਤ ਵਧਾ ਕੇ 50 ਰੁਪਏ ਕਰ ਦਿੱਤੀ ਹੈ ਰੇਲਵੇ ਨੇ ਕਿਹਾ ਕਿ ਕਰੋਨਾ ਵਾਇਰਸ ਦੇ ਫੈਲ ਰਹੇ ਮਾੜਿਆਂ ਨੂੰ ਰੋਕਣ ਲਈ ਇਹ ਕਾਰਨ ਚੁੱਕਿਆ ਗਿਆ ਸਮਾਜਿਕ ਦੂਰੀ ਬਣਾਈ ਰੱਖਣ ਦੇ ਲਈ ਇਹ ਜਿਹਾ ਕਦਮ ਚੁੱਕਣਾ ਜ਼ਰੂਰੀ ਹੈ। ਰੇਲਵੇ ਬੋਰਡ ਦੇ ਚੇਅਰਮੈਨ ਨੇ ਕਿਹਾ ਕਿ ਇਸ ਸਮੇਂ ਪੂਰਾ ਦੇਸ਼ ਕਰੋਨਾ ਨਾਲ ਲੜ ਰਿਹਾ ਤੇ ਮਾਰਚ ਵਿੱਚ ਜਦੋਂ ਤੋਂ ਕਰੋਨਾ ਹੋਇਆ ਸੀ ਉਦੋਂ ਤੋਂ ਹੀ ਅਸੀਂ ਪਲੇਟਫਾਰਮ 'ਤੇ ਟਿਕਟ ਸਮਾਜਿਕ ਦੂਰੀ ਦੇ ਇਰਾਦੇ ਨਾਲ ਵਧਾ ਦਿੱਤੀ ਸੀ ਤੇ ਅਸੀਂ ਹੁਣ ਵੀ ਟ੍ਰੇਨਾਂ ਜਿਹੜੀਆਂ ਚੱਲ ਰਹੀਆਂ ਹਨ ਉਹਨਾਂ ਵਿੱਚ ਸਮਾਜਿਕ ਦੂਰੀ ਦੇ ਸਟੈਂਡਰਡ ਦੀ ਪਾਲਣਾ ਕੀਤੀ ਜਾ ਰਹੀ ਹੈ। ਅਸੀਂ ਐਸ ਲਈ ਕੀਤਾ ਹੈ ਤਾਂ ਜੋ ਬਿਨਾਂ ਵਜ੍ਹਾ ਸਟੇਸ਼ਨ 'ਤੇ ਆਉਣ ਵਾਲੇ ਲੋਕਾਂ ਨੂੰ ਰੋਕਿਆ ਜਾ ਸਕੇ। ਅਗਲੀ ਖਬਰ ਆ ਰਹੀ ਜੀ ਪੰਜਾਬੀ ਗਾਇਕਾ ਅਨਮੋਲ ਗਗੜਮਾਨ ਦੀਆਂ ਵਧੀਆ ਮੁਸ਼ਕਲਾਂ ਅਦਾਲਤ ਨੇ ਚੰਡੀਗੜ੍ਹ ਪੁਲਿਸ ਨੂੰ ਕਾਰਵਾਈ ਕਰਨ ਦੇ ਦਿੱਤੇ ਆਦੇਸ਼ ਪੰਜਾਬੀ ਗਾਇਕ ਅਤੇ ਆਮ ਆਦਮੀ ਪਾਰਟੀ ਨਾਲ ਜੁੜੀ ਅਨਮੋਲ ਗਗੜਮਾਨ ਦੀਆਂ ਮੁਸ਼ਕਲਾਂ ਬਾਦਕੰਗਾਂ ਹਨ 13 ਜੁਲਾਈ ਨੂੰ ਜੁਆਇਨਿੰਗ ਸਮੇਂ ਵੱਡਾ ਇਕੱਠ ਕਰਨ ਤੇ ਹਾਈ ਕੋਰਟ ਸਖਤ ਹੋਇਆ ਤੇ ਹੁਣ ਅਦਾਲਤ ਨੇ ਚੰਡੀਗੜ੍ਹ ਪੁਲਿਸ ਨੂੰ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ ਐਡਵੋਕੇਟ ਵੱਲੋਂ ਹਾਈ ਕੋਰਟ ਵਿੱਚ ਪੀਆਈਐਲ ਪਾਈ ਗਈ ਸੀ ਤੇ ਆਪ ਦੇ ਕੱਟ ਨੂੰ ਦੇਖਦੇ ਹੋਏ ਐਡਵੋਕੇਟ ਬਾਜਵਾ ਨੇ 14 ਜੁਲਾਈ ਨੂੰ 8 ਨਾਮਵਰ ਅਤੇ ਬਾਕੀ ਅਣਪਛਾਤੇਆਂ ਖਿਲਾਫ ਡੀਜੀਪੀ ਤੇ ਐਸਐਸਪੀ ਚੰਡੀਗੜ੍ਹ ਨੂੰ ਸ਼ਿਕਾਇਤ ਕੀਤੀ ਸੀ ਚੰਡੀਗੜ੍ਹ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਹੁੰਦੀ ਦੇਖ ਐਡਵੋਕੇਟ ਬਾਈਬਾ ਹਾਈ ਕੋਰਟ ਪਹੁੰਚੇ ਸੀ ਦਰਸਾ ਲ 13 ਜੁਲਾਈ ਨੂੰ ਸੈਕਟਰ 39ਏ ਵਿੱਚ ਵਿਰੋਧੀ ਧਿਰ ਲੀਡਰ ਹਰਪਾਲ ਸਿੰਘ ਚੀਮਾ ਦੀ ਕੋਠੀ ਵਿੱਚ ਪੰਜਾਬੀ ਗਾਇਕਾ ਪਾਰਟੀ ਨੂੰ ਜੁਆਇਨਿੰਗ ਕਰਵਾਉਣ ਲਈ ਇਕੱਠ ਹੋਇਆ ਸੀ ਅਨਮੋਲ ਗਗਨ ਮਾਨ ਭਗਵੰਤ ਮਾਨ ਹਰਪਾਲ ਚੀਮਾ ਤੇ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਲੀਡਰ ਪੌਂਚਸ ਦੇ ਕਰੋਨਾ ਕਾਲ ਦੌਰਾਨ ਭਾਰੀ ਇਕੱਠ ਤੇ ਮਨਾਹੀ ਦੇ ਬਾਵਜੂਦ ਇਹ ਇਕੱਠ ਕੀਤਾ ਗਿਆ ਤੇ ਜਿਸ ਤੇ ਹੁਣ ਅਦਾਲਤ ਸਖਤ ਹੋ ਗਈ ਹੈ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਆ ਰਹੀ ਜੀ ਛਾਪੇਮਾਰੀ ਦੌਰਾਨ 97500 ਐਮਐਲ ਨਜਾਇਜ਼ ਸ਼ਰਾਬ ਬਰਾਮਦ ਥਾਣਾ ਸ੍ਰੀ ਹਰगोਬਿੰਦਪੁਰ ਅਤੇ ਥਾਣਾ ਕਮਾਨ ਦੀ ਪੁਲਿਸ ਵੱਲੋਂ ਬਖਵਾਖ ਪਿੰਡਾਂ ਵਿੱਚ ਛਾਪੇਮਾਰੀ ਦੌਰਾਨ ਭਾਰੀ ਮਾਤਰਾ ਵਿੱਚ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ ਇਸ ਸਬੰਧੀ ਥਾਣਾ ਸ੍ਰੀ ਹਰਗੋਬਿੰਦ ਪੁਰ ਦੇ ਐਸਐਚਓ ਪਰਮਿੰਦਰ ਸਿੰਘ ਨੇ ਤੇ ਥਾਣਾ ਕਮਾਨ ਦੇ ਐਸਐਚਓ ਬਲਕਾਰ ਸਿੰਘ ਨੇ ਸਾਂਝੇ ਤੌਰ ਤੇ ਦੱਸਿਆ ਹੈ ਕਿ ਬਟਾਲਾ ਰਸਪਾਲ ਸਿੰਘ ਅਤੇ ਡੀਐਸਪੀ ਲਖਵੀਰ ਸਿੰਘ ਦੇ ਨਿਰਦੇਸ਼ ਅਨੁਸਾਰ ਹੁਣ ਪੁਲਿਸ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਛਾਪੇਮਾਰੀ ਕੀਤੀ ਗਈ ਤੇ ਨਾਜਾਇਜ਼ ਸ਼ਰਾਬ 97500 ਐਮਐਲ ਬਰਾਮਦ ਕੀਤੀ ਗਈ ਤੇ ਮੌਕੇ ਤੇ ਉਕਤ ਸਾਰੇ ਵਿਅਕਤੀ ਪੁਲਿਸ ਨੂੰ ਦੇਖ ਕੇ ਫਰਾਰ ਹੋ ਗਏ ਤੇ ਪੁਲਿਸ ਨੇ ਉਨ੍ਹਾਂ ਉਕਤ ਸਾਰੇ ਵਿਅਕਤੀਆਂ ਵਿਰੁੱਧ ਐਕਸਾਈਜ਼ ਐਕਟ ਤਹਤ ਸਬੰਧਤ ਥਾਣੇ ਵਿੱਚ ਕੇਸ ਦਰਜ ਕਰ ਦਿੱਤੇ ਹਨ ਅਗਲੀ ਖਬਰ ਆ ਰਹੀ ਜੀ ਮੋਦੀ ਸਰਕਾਰ ਦਾ ਚੀਨੀ ਬਾਈਕਾਟ ਦਾ ਸੱਦਾ ਪਿਆ ਪਿੱਛੇ ਹਾਂਜੀ ਇੱਕ ਪਾਸੇ ਕੇਂਦਰ ਸਰਕਾਰ ਖਾਸ ਕਰਕੇ ਭਾਜਪਾ ਦੇ ਕੁਝ ਆਗੂਆਂ ਵੱਲੋਂ ਵੱਡੀਆਂ ਵੱਡੀਆਂ ਡਿੰਗਾ ਮਾਰੀਆਂ ਜਾ ਰਹੀਆਂ ਨੇ ਕਿ ਚੀਨ ਨੂੰ ਬੈਕਪੱਟ ਤੇ ਟੱਕ ਦਿੱਤਾ ਗਿਆ ਹੈ ਤੇ ਉਹਦਾ ਹਰ ਪਾਸੇ ਬਾਈਕਾਟ ਕੀਤਾ ਜਾ ਰਿਹਾ ਪਰ ਦੇਸ਼ ਵਿੱਚ ਚੀਨੀ ਮਾਲ ਤੇ ਬਾਈਕਾਟ ਤੇ ਚੀਨੀ ਵਿਰੋਧ ਮਾਹੌਲ ਵਿਚਾਲੇ ਇਹ ਖਬਰ ਸਾਹਮਣੇ ਆ ਰਹੀ ਜੀ ਚੀਨ ਦੇ ਪੀਪਲਜ਼ ਬੈਂਕ ਆਫ ਚਾਈਨਾ ਨੇ ICICI ਬੈਂਕ ਵਿੱਚ ਹਿੱਸੇਦਾਰੀ ਖਰੀਦੀ ਹੈ ਲਗਭਗ ਉਹਨਾਂ ਨੇ 15000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ ਤੇ ਇਸ ਨੂੰ ਲੈ ਕੇ ਹੁਣ ਭਾਰਤੀ ਬੈਂਕ ਰਿਜ਼ਰਵ ਬੈਂਕ ਦੀ ਸਖਤ ਨਿਗਰਾਨੀ ਦਾ ਵਿੱਚ ਰਹਿਣ ਦੀ ਕਾਰੋਬਾਰੀ ਹੈ ਤੇ ਇਸ ਲਈ ਇਸ ਨਾਲ ਦੇਸ਼ਤ ਨੂੰ ਕੋਈ ਵੀ ਖਤਰਾ ਨਹੀਂ ਹੋ ਸਕਦਾ ਇਹ ਏਜੰਸੀਆਂ ਦਾ ਮੰਨਣਾ ਹੈ ਪਰ ਫਿਰ ਵੀ ਉਹਨਾਂ ਨੇ ICICI ਬੈਂਕ ਵਿੱਚ ਹਿੱਸੇਦਾਰੀ ਆਪਣੀ 15000 ਕਰੋੜ ਰੁਪਏ ਦੀ ਖਰੀਦ ਲਈ ਹੈ ਉਸ ਤੋਂ ਬਾਅਦ ਇਹ ਗੱਲ ਕਰੀਏ ਖਜ਼ਾਨਾ ਮੰਤਰੀ ਵੱਲੋਂ ਮੁਲਾਜ਼ਮਾਂ ਨੂੰ ਹੜਤਾਲ ਵਾਪਸ ਲੈਣ ਦੀ ਅਪੀਲ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਹੜਤਾਲ ਤੇ ਚੱਲ ਰਹੇ ਮੁਲਾਜ਼ਮਾਂ ਨੂੰ ਪੰਜਾਬ ਦੇ ਭਲੇ ਅਤੇ ਕੋਵਿਡ-19 ਨਾਲ ਲੜ ਰਹੇ ਸੂਬੇ ਦੇ ਹੱਥ ਵਿੱਚ ਤੁਰੰਤ ਹੜਤਾਲ ਵਾਪਸ ਲੈਣ ਦੀ ਅਪੀਲ ਕੀਤੀ ਹੈ ਇਥੋਂ ਜਾਰੀ ਇੱਕ ਬਿਆਨ ਵਿੱਚ ਖਜ਼ਾਨਾ ਮੰਤਰੀ ਨੇ ਕਿਹਾ ਹੈ ਕਿ ਤਾਲਾਬੰਦੀ ਦਾ ਐਲਾਨ ਹੋਣ ਤੋਂ ਬਾਅਦ ਤੇਲਗਾਨਾ ਮਹਾਰਾਸ਼ਟਰ ਰਾਜਸਥਾਨ ਵਰਗੇ ਰਾਜਾਂ ਨੇ ਆਪਣੇ ਖਰਚਿਆਂ ਨੂੰ ਘਟਾਉਣ ਲਈ ਆਪਣੇ ਕਰਮਚਾਰੀਆਂ ਦੀ ਤਨਖਾਹ ਅਤੇ 50 ਤੋਂ 60% ਦੀ ਤਨਖਾਹ ਦੀ ਕਟੌਤੀ ਕੀਤੀ ਅਤੇ ਇਸ ਤੋਂ ਇਲਾਵਾ ਉੜੀਸਾ ਆਂਧਰਾ ਪ੍ਰਦੇਸ਼ ਵਰਗੇ ਰਾਜਾਂ ਨੇ 50% ਤਨਖਾਹ ਦੇਰ ਨਾਲ ਦੇਣ ਦਾ ਆਦੇਸ਼ ਜਾਰੀ ਕੀਤਾ ਹੈ। ਜਦਕਿ ਪੰਜਾਬ ਦੇ ਮਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਸਰਕਾਰ ਨੇ ਪੂਰੀਆਂ ਤਨਖਾਹਾਂ ਦਿੱਤੀਆਂ ਹਨ। ਉਸਤਵਾਰ ਅਗਲੀ ਵੱਡੀ ਖਬਰ ਆ ਰਹੀ ਜੀ ਕਿਸਾਨ ਭਰਾ ਯਾਦ ਰੱਖਣਾ 31 ਗਾਹ ਤੱਕ ਨਹੀਂ ਤਾਂ ਲਗਭਗ ਡਬਲ ਦੇਣਾ ਹੋਵੇਗਾ ਵਿਆਜ ਕਰ ਲੋ ਪੈਸੇ ਦਾ ਇੰਤਜ਼ਾਮ ਜਿਹੜੇ ਕਿਸਾਨਾਂ ਨੇ ਲੋਨ ਲਿਆ ਹੈ ਉਹਨਾਂ ਲਈ ਇਹ ਖਬਰ ਬਹੁਤ ਹੀ ਮਹੱਤਵਪੂਰਨ ਹੈ ਤੁਹਾਨੂੰ 31 ਮਾਰਚ ਤੱਕ ਯਾਦ ਰੱਖਣੀ ਹੋਵੇਗੀ ਨਹੀਂ ਤਾਂ ਡਬਲ ਦੇਣਾ ਹੋਵੇਗਾ ਵਿਆਜ ਜਿਹੜੇ ਕਿਸਾਨਾਂ ਨੇ ਕਿਸਾਨ ਕ੍ਰੈਡਿਟ ਕਾਰਡ ਉੱਤੇ ਲੋਨ ਲਿਆ ਹੈ ਉਹਨਾਂ ਨੂੰ ਅਗਲੇ 10 ਦਿਨਾਂ ਵਿੱਚ ਬੈਂਕ ਨੂੰ ਪੈਸਾ ਵਾਪਸ ਕਰਨਾ ਹੋਵੇਗਾ ਜੇ ਇਹ ਨਾ ਕਰਨ ਉੱਤੇ 4 ਦੀ ਜਗ੍ਹਾ 7% ਦੀ ਵਿਆਜ ਦੇਣਾ ਹੋਵੇਗਾ ਕਿਸਾਨਾਂ ਨੇ 31 ਮਾਰਚ ਤੱਕ ਲੋਨ ਵਾਪਸ ਕਰਨਾ ਸੀ ਪਰ ਮੋਦੀ ਸਰਕਾਰ ਨੇ ਲੋਕਡਾਊਨ ਨੂੰ ਦੇਖਦੇ ਹੋਏ ਕਿਸਾਨਾਂ ਨੂੰ 31 ਮਾਰਚ ਤੋਂ ਵਧਾ ਕੇ 31 ਮੈਂ ਤਾਕ ਕਰ ਦਤਾ ਸੀ ਤੇ ਉਸ ਤੋਂ ਬਾਅਦ ਇਸ ਨੂੰ ਵਧਾ ਕੇ 31 ਗਸਤ ਕਰ ਦਿੱਤਾ ਹੈ ਜੋ ਕਿ ਹੁਣ ਤਰੀਕ ਨੈਦੀਕਾਰੀ ਅਤੇ ਕਿਸਾਨਾਂ ਨੂੰ ਜਲਦ ਤੋਂ ਜਲਦ ਲੋਨ ਵਾਪਸ ਕਰਨਾ ਹੋਵੇਗਾ। ਉਸ ਤੋਂ ਬਾਅਦ ਅਗਲੀ ਖਬਰ ਹੈ ਜੀ ਗੈਂਗਸਟਰ ਦਲਪ੍ਰੀਤ ਬਾਬਾ ਦਾ ਸਾਥੀ ਗ੍ਰਿਫਤਾਰ ਪੁੱਜ ਗਿਆ ਇਸ ਦੌਰਾਨ ਕੀਤਾ ਵੱਡਾ ਖੁਲਾਸਾ ਗੈਂਗਸਟਰ ਦਲਪ੍ਰੀਤ ਉਰਫ ਬਾਬਾ ਗੈਂਗ ਦੇ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ ਗੋਪੀ ਨਵਾ ਗ੍ਰਾਉਂਡ ਦੇ ਪ੍ਰਾਪਰਟੀ ਡੀਲਰ ਨੂੰ ਪੁਲਿਸ ਨੇ ਸੈਕਟਰ 17 ਫੁੱਟਬਾਲ ਗਰਾਉਂਡ ਕੋਲ ਗ੍ਰਿਫਤਾਰ ਕੀਤਾ ਤਲਾਸ਼ੀ ਦੌਰਾਨ ਮਲਜ਼ਮਾਂ ਦੇ ਕਾਰਚੋਂ ਦੇਸੀ ਕਟਾ ਤੇ ਪੰਜ ਕਾਰਤੂਸ ਬਰਾਮਦ ਹੋਏ ਅਤੇ ਫੜੇ ਗਏ ਮਲਜ਼ਮਾਂ ਦੀ ਪਛਾਣ ਨਮਾ ਗਰਾਉਂ ਦੇ ਪੀਪਲਜ਼ ਆਫ ਡੀਲਰ ਫਿਰੋਜ਼ਖਾਨ ਅਤੇ ਨਮਾ ਸ਼ਹਿਰ ਨਿਵਾਸੀ ਗੁਰਪ੍ਰੀਤ ਸਿੰਘ ਔਰਪ ਗੋਪੀਦਰੂਪੇ ਚੋ ਇਹ ਤਾਂ ਪਤਾ ਲੱਗਾ ਕਿ ਗੈਂਗਸਟਰ ਗੁਰਪ੍ਰੀਤ ਨੇ 2016 ਵਿੱਚ ਪੀਯੂ ਵਿੱਚ ਇੱਕ ਪਾਰਟੀ ਦੇ ਨੇਤਾ ਤੇ ਫਾਇਰਿੰਗ ਕੀਤੀ ਸੀ ਤੇ ਇਸ ਤੋਂ ਇਲਾਵਾ ਉਹਨੇ ਫਰਾਰ ਗੈਂਗਸਟਰ ਰਿੰਦਾ ਨਾਲ ਵੀ ਪੀਯੂ ਵਿੱਚ ਫਾਇਰਿੰਗ ਕੀਤੀ ਸੀ ਤੇ ਸੈਕਟਰ 17 ਵਿੱਚ ਪੁਲਿਸ ਥਾਣਾ ਤੇ ਕਾਰ ਅਤੇ ਦੇਸੀ ਕਟੇ ਨੂੰ ਜ਼ਬਤ ਕਰਕੇ ਦੋਹਾਂ ਮਲਜ਼ਮਾਂ ਨੂੰ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਿੱਥੋਂ ਉਹਨਾਂ ਨੇ 3 ਦਿਨ ਦੀ ਰਿਮਾਂਡ ਤੇ ਪੁਲਿਸ ਵਿੱਚ ਭੇਜ ਦਿੱਤਾ ਗਿਆ ਹੈ। ਅਗਲੀ ਵੱਡੀ ਖਬਰ ਹੈ ਜੀ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਤੋਂ ਬਾਅਦ ਪੰਜਾਬ ਸਰਕਾਰ ਨੇ ਲਿਆ ਵੱਡਾ ਫੈਸਲਾ। ਜ਼ਹਿਰੀਲੀ ਸ਼ਰਾਬ ਨਾਲ ਪੰਜਾਬ ਵਿੱਚ ਹਾਲ ਹੀ ਵਿੱਚ ਹੋਈਆਂ ਮੌਤਾਂ ਤੋਂ ਬਾਅਦ ਨਿਰਮਾਤਾਵਾਂ ਤੇ ਟਰਾਂਸਪੋਰਟਰਾਂ ਵਿਚਾਲੇ ਲਿੰਕ ਨੂੰ ਤੋੜਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਮਿਰਨਦਸ ਸਿੰਘ ਨੇ ਸਖਤ ਹੁਕਮ ਜਾਰੀ ਕਰ ਦਿੱਤੇ ਹਨ। ਪੰਜਾਬ ਦੇ ਮੁੱਖ ਮੰਤਰੀ ਨੇ ਇਥਨੋਲ, ਸਪਿਰਟ ਅਤੇ ਹੋਰ ਉਤਪਾਦ ਨਕਲੀ ਸ਼ਰਾਬ ਬਣਾਉਣ ਲਈ ਵਰਤੇ ਜਾਂਦੇ ਹਨ ਦੀ ਨਜਾਇਜ਼ ਵਰਤੋਂ ਰੋਕਣ ਲਈ ਇਸ ਨੂੰ ਜੀਪੀਐਸ ਨਾਲ ਜੋੜਨਾ ਲਾਜ਼ਮੀ ਕਰ ਦਿੱਤਾ ਹੈ ਇਸ ਦੇ ਤਹਿਤ ਹੁਣ 5 ਸਤੰਬਰ ਤੋਂ ਕਿਸੇ ਵੀ ਵਾਹਨ ਨੂੰ ਬਿਨਾਂ ਸੀਲ ਅਤੇ ਜੀਪੀਐਸ ਦੀ ਅਜਿਹੇ ਉਤਪਾਦ ਲੈ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ ਅਗਲੀ ਖਬਰ ਆ ਰਹੀ ਜੇ ਸੋਨੇ ਨਾ ਕੀਮਤਾਂ ਵਿੱਚ ਜ਼ਬਰਦਸਤ ਗਿਰਾਵਟ ਚਾਂਦੀ ਵੀ ਹੋਈ ਸਸਤੀ ਜਾਣੋ ਕੀ ਹੈ ਕੀਮਤ ਸੋਨੇ ਨਾ ਕੀਮਤਾਂ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਦਰਜ ਕੀਤੀ ਗਿਆ ਅੰਤਰਰਾਸ਼ਟਰੀ ਪੱਧਰ ਤੇ ਸੋਨੇ ਨਾ ਕੀਮਤਾਂ ਵਿੱਚ ਕਮੀ ਦਾ ਅਸਰਕ ਘਰੇਲੂ ਪੱਧਰ ਤੇ ਵੀ ਦੇਖਣ ਨੂੰ ਮਿਲ ਰਿਹਾ ਹੈ ਤੇ ਰਾਜਧਾਨੀ ਬੱਚੇ 640 ਰੁਪਏ ਦੀ ਗ੍ਰਾਵਟ ਨਾਲ 54269 ਰੁਪਏ ਪ੍ਰਤੀ 10 ਗ੍ਰਾਮ ਤੇ ਪਹੁੰਚ ਗਏ ਤੇ ਇਸ ਤੋਂ ਪਿਛਲੇ ਸੈਸ਼ਨ ਵਿੱਚ 54909 ਰੁਪਏ ਤੇ ਬੰਦ ਹੋਇਆ ਸੀ ਜਦ ਕਿ ਚਾਂਦੀ 3112 ਰੁਪਏ ਦੀ ਗ੍ਰਾਵਟ ਦੇ ਨਾਲ 69450 ਰੁਪਏ ਪ੍ਰਤੀ ਕਿਲੋ ਤੇ ਬੰਦ ਹੋਈ ਹੈ ਅਗਲੀ ਖਬਰ ਆ ਰਹੀ ਜੀ ਸਿੱਖਿਆ ਵਿਭਾਗ ਨੇ ਆਨਲਾਈਨ ਵਸਤੇ ਨੂੰ 4.8 ਕਰੋੜ ਵਿਦਿਆਰਥੀਆਂ ਨੇ ਵਰਤਿਆ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਆਧੁਨਿਕ ਤਕਨਾਲੋਜੀ ਦੀ ਸਮੂੱਚੀ ਵਰਤੋਂ ਕਰਦਿਆਂ ਨਵੇਕਲੇ ਉਪਰਾਲੇ ਕੀਤੇ ਜਾ ਰਹੇ ਹਨ ਤੇ ਇਸ ਲੜੀ ਵਿੱਚ ਸਿੱਖਿਆ ਵਿਭਾਗ ਵੱਲੋਂ ਪ੍ਰੀ ਪ੍ਰਾਇਮਰੀ ਤੋਂ 12ਵੀਂ ਤੱਕ ਦੇ ਪਾਠਕ੍ਰਮ ਨੂੰ ਇੱਕ ਪਲੇਟਫਾਰਮ ਤੇ ਉਪਲਬਧ ਕਰਾਉਣ ਦੇ ਮਨਸੂਬੇ ਨਾਲ ਪੰਜਾਬ ਐਜੂਕੇਅਰ ਐਪ ਤਿਆਰ ਕਰਕੇ ਇੱਕ ਨਵਾਂ ਮੀਲ ਪੱਥਰ ਸਾਬਤ ਕੀਤਾ ਹੈ ਤੇ ਇਸ ਸਬੰਧੀ ਇਹ ਐਪ ਪੰਜਾਬ ਕੇਵਲ ਨਹੀਂ ਬਲਕਿ ਭਾਰਤ ਦੇ ਹੋਰਨਾਂ ਸੂਬਿਆਂ ਵਿੱਚ ਵੀ ਹਰਮਨ ਪਿਆਰੀ ਹੋਈ ਹੈ ਤੇ ਇਸ ਦਾ ਪ੍ਰਤੱਖ ਪ੍ਰਮਾਣ ਇਸ ਐਪ ਦੀ ਵਰਤੋਂ ਕਰਨ ਵਾਲੇ ਅੰਕੜਿਆਂ ਤੋਂ ਪਤਾ ਲੱਗਾ ਹੈ ਇਸ ਐਪ ਦੇ ਪੇਜ ਨੂੰ 4.80 ਕਰੋੜ ਤੋਂ ਵੱਧ ਯੂਜ਼ਰਸ ਦੇਖ ਚੁੱਕੇ ਹਨ ਤੇ ਐਪ ਨੂੰ 5 ਵਿੱਚੋਂ 4.7 ਰੇਟਿੰਗ ਵੀ ਮਿਲ ਚੁੱਕੇ ਤੇ ਸਿੱਖਿਆ ਵਿਭਾਗ ਦੇ ਸੂਤਰਾਂ ਅਨੁਸਾਰ ਪੰਜਾਬ ਐਜੂਕੇਅਰ ਐਪ ਇੱਕ ਆਨਲਾਈਨ ਵਸਤਾ ਹੈ ਇਹ ਸਨ ਜੀ ਹੁੰਦੀਆਂ ਪੰਜਾਬ ਭਾਰਤ ਦੁਨੀਆ ਦੀਆਂ ਤਾਜ਼ਾ ਵੱਡੀਆਂ ਖਬਰਾਂ ਐਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਆਪਣੇ ਫੇਸਬੁੱਕ WhatsApp Instagram ਤੇ ਤਾਂ ਕਿ ਇਹਨਾਂ ਖਬਰਾਂ ਦੀ ਤਾਜ਼ਾ ਇਨਫੋਰਮੇਸ਼ਨ ਹਰੇਕ ਪੰਜਾਬੀ ਤੱਕ ਪਹੁੰਚੇ ਆਉਣ ਵਾਲੀਆਂ ਖਬਰਾਂ ਲਈ ਚੈਨਲ ਨਾਲ ਜਰੂਰ ਜੁੜੇ ਰਹੋ ਧੰਨਵਾਦ